ਯਾਰੇ ਕੰਮ ਤੁਸੀਂ ਬੜਾ ਗਲਤ ਕਰੀ ਜਾਂਦੇ ਹੋ ਤੁਸੀਂ। ਹਾਂ, ਇਹ ਸਾਡੇ ਘਰਾਂ ਦੇ ਵਿੱਚ ਤੁਹਾਡਾ ਆਉਣ ਦਾ ਤੁੱਕ ਬਣਦਾ ਨਹੀਂ। ਉਹਨੇ ਕਿਹਾ ਵੀ ਤੂੰ ਇਹ ਪੰਪਲੇਟ ਨਾ ਮੰਡੋ, ਅਗਰ ਜੇ ਸਤਸੰਗ ਵਗੈਰਾ ਕਰਨੀ ਹੈ ਤਾਂ ਤੁਸੀਂ ਆਪਣੇ ਘਰ ਬੈਠ ਕੇ ਕਰ ਲਓ। ਹੁਣ ਤੁਸੀਂ ਸਰਸੇ ਵਾਲੇ ਦੇ ਪੋਸਟਰ ਮਾਰਦੇ, ਤੁਹਾਨੂੰ ਪਤਾ ਵੀ ਸਰਸੇ ਵਾਲਾ ਕੀ ਕੋਸਾ ਤੇ ਕਿਵੇਂ ਆ, ਸਜ਼ਾ ਉਹਨੂੰ ਚੱਲੇ ਹੋਈ ਪਈ ਆ, ਪੰਗੇ ਲੈਂਦੇ ਹੋ ਸਰਕਾਰਾਂ ਦੇ। ਸਰਕਾਰਾਂ ਤਾਂ ਪੰਜਾਬ ਦਾ ਮਾਹੌਲ ਪਹਿਲਾਂ ਖਰਾਬ ਕਰਨਾ ਚਾਹੁੰਦੀਆਂ। ਉਹਨਾਂ ਨੇ ਉਹਨਾਂ ਨੂੰ ਦੋਨਾਂ ਧਿਰਾਂ ਨੂੰ ਸਮਝਾ ਦਿੱਤਾ ਤੇ ਪੀਸਫੁਲੀ ਹੈ, ਲਾਅ ਐਂਡ ਆਰਡਰ ਹਰ ਕਿਸੇ ਤੇ ਜਿਹੜਾ ਕਾਇਮ ਰੱਖਿਆ। ਠੀਕ ਹੈ, ਜਿਹੜਾ ਜਾਂਦਾ ਜਿਹੜਾ ਜਾਂਦਾ ਜਿਹਦੇ ਜਾਓ ਤੁਸੀਂ, ਆਪਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸੱਦੋ। ਉਹਨਾਂ ਦੇ ਕਿਉਂ ਤੁਸੀਂ ਜਾ ਕੇ ਕੰਪਲ ਕਰ ਦਿੰਦੇ ਹੋ। ਸ਼੍ਰੀ ਮੁਕਤਸਰ ਸਾਹਿਬ ਚ ਬਲੋਟ ਰੋਡ ਤੇ ਸਥਿਤ ਕੀਰਤ ਨਗਰ ਚ ਡੇਰਾ ਸੱਚਾ ਸੌਦਾ ਦੇ ਆਉਣ ਵਾਲੇ ਦਿਨਾਂ ਚ ਹੋਣ ਵਾਲੇ ਵੱਡੇ ਸਤਸੰਗ ਦੇ ਸੰਬੰਧ ਚ ਡੇਰਾ ਸੱਚਾ ਸੌਦਾ ਦੇ ਲੋਕਾਂ ਵੱਲੋਂ ਗਲੀ ਚ ਪੋਸਟਰ ਵੱਢੇ ਜਾ ਰਹੇ ਸੀ, ਜਿਸਦਾ ਕਿ ਉਸ ਗਲੀ ਚ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਵਿਰੋਧ ਕੀਤਾ ਗਿਆ। ਸੋ ਇਸ ਵਿਰੋਧ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋ ਵਿਰੋਧ ਦੇ ਵਾਇਰਲ ਹੋ ਰਹੀ ਵੀਡੀਓ ਦੇ ਸੰਬੰਧ ਚ ਜਦੋਂ ਮੀਡੀਆ ਟੀਮ ਵੱਲੋਂ DSP ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕੀ ਕਿਹਾ ਇਸ ਮਸਲੇ ਬਾਰੇ ਬੋਲਦਿਆਂ, ਆਓ ਸੁਣਦੇ ਹਾਂ। ਇਹ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਰਤ ਨਗਰ ਹੈ ਜੀ, ਉੱਥੇ ਇੱਕ ਦਿਲਬਾਗ ਸਿੰਘ ਨੇ ਜੋ ਡੇਰਾ ਪ੍ਰੇਮੀ ਨੇ, ਉਹਨਾਂ ਦੀ ਕੱਲ੍ਹ ਜਿਹੜਾ ਡੇਰਾ ਸੱਚਾ ਸੌਦਾ ਮਲੋਟ ਹੈ ਉੱਥੇ ਸਤਸੰਗ ਹੋ ਰਹੀ ਸੀ ਸੱਚੇ ਸੌਦੇ ਵਾਲਿਆਂ ਦੀ। ਉਹਦੇ ਰਿਗਾਰਡਿੰਗ ਕੋਈ ਅੱਜ ਪੰਪਲੇਟ ਸੀ ਜਿਹੜੇ ਉਹ ਉਸ ਗਲੀ ਦੇ ਵਿੱਚ ਵੰਡਣ ਲੱਗਿਆ, ਜਦੋਂ ਅਤੇ ਉੱਥੇ ਇੱਕ ਗਗਨਦੀਪ ਹੈ ਜਿਹੜਾ ਗੁਰਪ੍ਰੀਤ ਕਹਿੰਦੇ ਨੇ ਰੋਡਵੇਜ਼ ਦੇ ਵਿੱਚ ਕਰਮਚਾਰੀ ਹੈ, ਉਹ ਉਸਨੂੰ ਜਾਣਦੇ ਵੀ ਸੀ ਕਿਉਂਕਿ ਗਲੀ ਦੇ ਵਿੱਚ ਰਹਿਣ ਵਾਲੇ ਸੀ। ਉਹਨੇ ਕਿਹਾ ਵੀ ਤੂੰ ਇਹ ਪੰਪਲੇਟ ਨਾ ਮੰਡੋ, ਅਗਰ ਜੇ ਸਤਸੰਗ ਵਗੈਰਾ ਕਰਨੀ ਹੈ ਤਾਂ ਤੁਸੀਂ ਆਪਣੇ ਘਰ ਬੈਠ ਕੇ ਕਰ ਲਓ। ਤੋ ਉਹ ਉਹਨਾਂ ਨੇ ਉਹਨਾਂ ਨੂੰ ਦੋਨਾਂ ਧਿਰਾਂ ਨੂੰ ਸਮਝਾ ਦਿੱਤਾ ਅਤੇ ਪੀਸਫੁਲੀ ਹੈ, ਲਾਅ ਐਂਡ ਆਰਡਰ ਹਰ ਕੀਮਤ 'ਤੇ ਜਿਹੜਾ ਕਾਇਮ ਰੱਖਿਆ ਜਾਊਗਾ। A1 ਮੀਡੀਆ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਖਾਸ ਰਿਪੋਰਟ।